好的。你那个给它这亮晶。发光了。ਆਪਣਾ ਮੀਟਰ ਹਾਂਜੀ ਹਾਂਜੀ ਸਾਡਾ ਮੀਟਰ ਮੀਟਰ ਵੀ ਲਾਉਂਦੇ ਜੇ ਆ ਨਾਲ ਰਹਿੰਦਾ ਮੁੰਡਾ ਹਾਂਜੀ ਹਾਂਜੀ ਇਹ ਨਵਾਂ ਹੀ ਆਇਆ ਪਰ ਇਹਦਾ ਮੂੰਹ ਵੇਖ ਕੇ ਪਤਾ ਲੱਗਣ ਡਿਆ ਵੀ ਹੀਟਰ ਲਾਉਂਦੇ ਆ ਪਰ ਅਸੀਂ ਹੀਟਰ ਕਦੇ ਲਾਇਆ ਨਹੀਂ ਆ ਪਹਿਲਾਂ ਮੰਨਿਆ ਤੂੰ ਹੀਟਰ ਲਾਉਂਦਾ ਆ ਭਾਜੀ ਅਸੀਂ ਇੰਡੀਆ ਲਾਉਂਦੇ ਹੁੰਦੇ ਹਾਂ ਬਿੱਲ ਦੇ ਇੱਥੇ ਬੜਾਇਆ ਹੀਟਰ ਲਾਉਂਦੇ ਜਿਹੜਾ ਮੀਟਰ ਆਪਣੇ ਜਾਣਾ ਮੀਟਰ ਤੇ ਸਾਡੇ ਹੀ ਘਰ ਦਾ ਹੀ ਆ ਪਰ ਓਏ ਪਰ ਆਪਣੇ ਯੂਟਿਲਿਟੀ ਤਾਂ ਇਨਕਲੂਡ ਹੈ ਸਾਰਾ ਕੁਝ ਵਿੱਚ ਹੀ ਪਤਾ ਗੱਲ ਹੈ ਮੇਰੀ ਗੱਲ ਸੁਣੋ ਕਈ ਵਾਰੀ ਆਪਣੀਆਂ ਆਦਤਾਂ ਹੀਟਰ ਲਾਉਂਦੀਆਂ ਨਹੀਂ ਜਾਂਦੀਆਂ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਮੁਕਾਮ 'ਤੇ ਆਪਾਂ ਪਹੁੰਚ ਗਏ ਤੂੰ ਮੇਰਾ ਵੀਰੇ ਵੇਖ ਕੇ ਲੱਗਦਾ ਵੀ ਕੁੰਡੀਆਂ ਲਾਉਂਦਾ ਰਿਹਾ ਸ਼ੁਰੂ ਤੋਂ ਕਿੱਥੋਂ ਲੱਗਦਾ ਮੈਂ ਵੇਖਣ ਨੂੰ ਹੈ ਦੱਸ ਨਹੀਂ ਸ਼ਰਟ ਤੂੰ ਐ ਨਾਗਨ ਦਾਸ ਲੱਗਾ ਆ ਕਰਨਾ ਲੈ ਆ ਤੇਰੀ ਬੇਇੱਜ਼ਤੀ ਦਾ ਸੰਡਿਆ ਆ ਤੂੰ ਕਹ ਤੋ ਇਹ ਸੱਲੀ ਰੱਖਿਆ ਤੂੰ ਭਾਈ ਨੇ ਗੱਲ ਬਿਲਕੁਲ ਸੱਚਾਈ ਵਾਲੀ ਕੀਤੀ ਇਹ ਚ ਕਿਹੜੀ ਸੱਚਾਈ ਵਾਲੀ ਦੱਸ ਮੈਨੂੰ ਲੈ ਦੱਸ ਤੇਰਾ ਯਾਰ ਤੇਰੀ ਬੇਇੱਜ਼ਤੀ ਦਾ ਸੰਡਿਆ ਆ ਬੇਇੱਜ਼ਤੀ ਨਹੀਂ ਆ ਗੁਰੂ ਆ ਬੇਇੱਜ਼ਤੀ ਨਹੀਂ ਭਾਈ ਦੀ ਗੱਲ ਮੈਂ ਸੁਣਨਾ ਕਿੱਡੀ ਗੌਰ ਨਾਲ ਗੱਲ ਕਰਨ ਦੇ ਐ ਮੈਂ ਵੇਖਣ ਨਿਆ ਪਰ ਭਾਜੀ ਮੇਰੇ ਕਿੱਥੇ ਲਿਖਿਆ ਵਾ ਵੀ ਮੈਂ ਹੀਟਰ ਲਾਉਂਦਾ ਰਿਹਾ ਉਸੇ ਇੰਡੀਆ ਭਾਜੀ ਤੁਹਾਡਾ ਮੂੰਹ ਦਾਦਾ ਹੀਟਰ ਲਾਉਂਦਾ ਰਿਹਾ ਆ ਲਾਗੋ ਕੁੰਡੀ ਲਾਉਂਦਾ ਰਿਹਾ ਆ ਮੈਂ ਨਾਲੇ ਤੁਹਾਡੇ ਮੀਟਰ ਤੋਂ ਵੇਖ ਕੇ ਦੱਸਤਾ ਐਰਗੀ ਬਿੱਲ ਬਹੁਤ ਆਉਣਾ ਭਾਈ ਨਾਲ ਭਾਜੀ ਆ ਕਿਹੜਾ ਜੰਤਰ ਹੈਗਾ ਬਤੀਆ ਕਰਨ ਵਾਲਾ ਭਾਜੀ ਇਹ ਸਪੈਸ਼ਲ ਸੁਖਬੀਰ ਬਾਦਲ ਦਾ ਪਤਾ ਤੁਹਾਨੂੰ ਭਗਵੰਤ ਮਾਨ ਦਾ ਪਤਾ ਤੁਹਾਨੂੰ ਇਹ ਸੁਖਬੀਰ ਬਾਦਲ ਨੇ ਗਿਫਟ ਕੀਤਾ ਸੀ ਮੈਨੂੰ ਐ ਭਗਵੰਤ ਮਾਨ ਨੇ ਤੇ ਜਿਹੜੀ ਆ ਮੈਂ ਕਲਮ ਆ ਨਾ ਵੱਡੇ ਬਾਦਲ ਸਾਹਿਬ ਦੀ ਲਈ ਫਿਰਦਾ ਅੱਛਾ ਜੀ ਯਾਰ ਕੀ ਹਿਸਾਬ ਤਾਂ ਵੇ ਇਹਦੇ ਹੇਲੂ ਲਿਤਰੀ ਪੈਂਦੀ ਮੈਂ ਕੋਈ ਮਜ਼ਾਕ ਡਿਆ ਕਰਨਾ ਅਫਸਰ ਮਜ਼ਾਕ ਡਿਆ ਕਰਨਾ ਇਹ ਮਿੰਟ ਕੁ ਬਾਅਦ ਹੱਸਦਾ ਆ ਹੱਸਣ ਦੀ ਕੀ ਲੋੜ ਹੈ ਕਿਸੇ ਦੇ ਮੂੰਹ ਤੇ ਨਹੀਂ ਹੱਸੀ ਦਿੰਦਾ ਵਾ ਹੱਸਣਾ ਤੇ ਪਿੱਠ ਪਿੱਛੇ ਨਹੀਂ ਮੂੰਹ ਤੇ ਦਾ ਕੀ ਮਤਲਬ ਤੇਰਾ ਹੱਸਦਾ ਵੇ ਇਹ ਕੀ ਗੱਲ ਪਿੱਛੇ ਕੰਧ ਤੇ ਕਹੇ ਗਵਾਂਢੀਆਂ ਕਰ ਜਾ ਗਿਆ ਹੱਸ ਪੇ ਹੈ ਨਹੀਂ ਤੂੰ ਕੀ ਕਹਿਣਾ ਮੂੰਹ ਤੇ ਹੱਸੇ ਵੀ ਗਵਾਂਢੀਆਂ ਕਰ ਹੱਸੇ ਥੱਲੇ ਭੋਰੇ ਚ ਵੜ ਕੇ ਹੱਸ ਲੈ ਬਾਬਾ ਵੀ ਜਿਹੜਾ ਬੰਦਾ ਅਫਸਰ ਤਾਂ ਤੁਸੀਂ ਹੁਣ ਅਫਸਰ ਲੈਵਲ ਦੇ ਬੰਦੇ ਅਫਸਰ ਵਾਵਾ ਵਰੀ ਲਾ ਤੁਹਾਡੇ ਸਾਹਮਣੇ ਹੱਸਦਾ ਚੰਗਾ ਨਹੀਂ ਲੱਗਦਾ ਮੈਂ ਨਾ ਪਿੱਠ ਪਿੱਛੇ ਹੱਸਦੇ ਤੁਹਾਡੇ ਨਹੀਂ ਭਾਜੀ ਮੈਂ ਪਿੱਠ ਪਿੱਛੇ ਵੀ ਕਿਉਂ ਹੱਸਣਾ ਭਾਜੀ ਮੈਨੂੰ ਹੱਸਦਾ ਜੇ ਸਾਨੂੰ ਭਾਜੀ ਨੇ ਕਹਿਣਾ ਮੈਂ ਸੁਖਬੀਰ ਬਾਦਲ ਦੇ ਘਰੋਂ ਲਿੱਤੀ ਆ ਮੈਂ ਬਾਦ ਕੇ ਸੁਖਬੀਰ ਬਾਦਲ ਦੇ ਘਰੋਂ ਨਹੀਂ ਕਹਨੇ ਉਹਨੇ ਕਿਹਾ ਵੀ ਹੱਸ ਤੁਹਾਡੇ ਆਪਸ ਜੀ ਨਹੀਂ ਬਿਆਨ ਰਲਦੇ ਤੁਹਾਡਾ ਨਾ ਪਟਾਕਾ ਪੈਣ ਵਾਲਾ ਦੋਵਾਂ ਦਾ ਮੈਂ ਤੁਹਾਨੂੰ ਦੱਸਦਾ ਜੇ ਆ ਕੀ ਘਰ ਕਿਹੜਾ ਇਹਨਾਂ ਚੋਂ ਆਪਣਾ ਆਏ ਤੁਸੀਂ ਉਧਰੋਂ ਜੇ ਛਾਲਾ ਤੁਸੀਂ ਇੱਧਰ ਕਰੀ ਜਾਂਦੇ ਪੀਤੀ ਪੂਤੀ ਚ ਨਹੀਂ ਦਾਖੀ ਭਾਜੀ ਮੈਨੂੰ ਦੱਸੋ ਵੀ ਤੁਸੀਂ ਇੱਥੇ ਕੀ ਕਰਨਾ ਹੈ ਜੀ ਨਹੀਂ ਇੱਥੇ ਕੀ ਕਰਨਾ ਇਹਦਾ ਕੀ ਮਤਲਬ ਤੁਹਾਨੂੰ ਮੈਂ ਹੁਣੇ ਦਿਖਿਆ ਆ ਪੌਣੇ ਘੰਟੇ ਤੇ ਉੱਥੇ ਖਲੋਤਾ ਮੈਂ ਕੋਈ ਚਾਹ ਪਾਣੀ ਪੀਣਾ ਤੇ ਉਹ ਪਿਆ ਦਿੰਦੇ ਤੁਹਾਨੂੰ ਚਾਹ ਪਾਣੀ ਕੀ ਬੋਲਦੇ ਤੁਸੀਂ ਬੜਾ ਕੱਬਾ ਜੇ ਐਦਾਂ ਅਗਲ ਹੀ ਨਹੀਂ ਹੈਗੀ ਤੁਹਾਨੂੰ ਦੋਵਾਂ ਨੂੰ ਕਰਦੇ ਨੇ ਅਗਲ ਨਹੀਂ ਸਿਖਾਈ ਵੀ ਅਫਸਰਾਂ ਲੋਕਾਂ ਨਾਲ ਕਿੱਦਾਂ ਗੱਲ ਕਰੀਦੀ ਆ ਭਾਜੀ ਬੇਲੇ ਨੂੰ ਛੱਡੋ ਆਪਾਂ ਤੁਹਾਡੀ ਸੇਵਾ ਕਰਦੇ ਨੇ ਤੇ ਖਾਣਾ ਪੀਣਾ ਸੇਵਾ ਨੂੰ ਤੁਸੀਂ ਕੀ ਗੱਲ ਮੇਰੇ ਗੋਡੇ ਮੰਨਨੇ ਆ ਕੀ ਗੱਲ ਮੇਰੀ ਚਪੜੀਆਂ ਮੰਨਣੀ ਆ ਤੁਸੀਂ ਇਹ ਭਰਾਵਾ ਭਾਲਦੇ ਪੈਸੇ ਤੇ ਤੈਨੂੰ ਇਸੇ ਪੈਸੇ ਪੁਹੇ ਨਹੀਂ ਮਿਲਨੇ ਪੈਸੇ ਮੈਂ ਮੰਗੇ ਤੁਹਾਡੇ ਕੋ ਮੈਂ ਮੰਗੇ ਤੁਹਾਡੇ ਕੋ ਪੈਸੇ ਇਸ਼ਾਰਾ ਸਮਝੀ ਜਾਂਦਾ ਮੈਂ ਪਰ ਮੰਗੇ ਨਹੀਂ ਪੈਸੇ ਇਸ਼ਾਰਾ ਇਹ ਕੁੜੀ ਹੈ ਜਿਹੜਾ ਤੂੰ ਇਸ਼ਾਰਾ ਸਮਝਣਾ ਨੂੰ ਨਹੀਂ ਕੁੜੀ ਨੂੰ ਕੀ ਇਹ ਤੂੰ ਕੁੜੀ ਨਾਲ ਲਈ ਫਿਰਦਾ ਆ ਹੈ ਕੀ ਗੱਲ ਇਹ ਚੌਂਕਾ 'ਚ ਖਲੋ ਕੇ ਇਸ਼ਾਰੇ ਕਰਦਾ ਹੈ ਦੱਸੀ ਐਂ ਕਿਹੜਾ ਇਸ਼ਾਰਾ ਹੁੰਦਾ ਵਾ ਹੋਰ ਇਹ ਇਸ਼ਾਰੇ ਕਿਹੋ ਜਿਹੇ ਕਰਦਾ ਹੈ ਇਹ ਇਹ ਕਿਹੜੀ ਕੈਟਾਗਰੀ ਦਾ ਬੰਦਾ ਹੈ ਇਹ ਤੈਨੂੰ ਬਾਈ ਬਾਈ ਪੁੱਛ ਲਾ ਤੂੰ ਮੈਨੂੰ ਪੁੱਛ ਲਾ ਕਿਹੜੀ ਕੈਟਾਗਰੀ ਭਾਜੀ ਆਪਾਂ ਬਿੱਲ ਦੀ ਗੱਲ ਕਰਨ ਦੇ ਬਿੱਲ ਦੀ ਗੱਲ ਬਿੱਲ ਬਹੁਤ ਆਇਆ ਤੁਹਾਡਾ ਬਿੱਲ ਮੈਂ ਯਾਰ ਕਿ ਤੁਹਾਨੂੰ ਦੋਨਾਂ ਧੁੰਨ ਕੇ ਰੱਖ ਦੂੰ ਸਾਰੀ ਉਮਰ ਤੁਸੀਂ ਕਿਸ਼ਤਾਂ ਲਾਉਂਦੇ ਮਰ ਜਾਓਗੇ ਭਾਜੀ ਇੱਕ ਵਾਰੀ ਮੈਨੂੰ ਪ੍ਰਿੰਟ ਕੱਢ ਕੇ ਦਿਓ ਇਹਦਾ ਕਿੰਨਾ ਬਿੱਲ ਹੈ ਪ੍ਰਿੰਟ ਕੀ ਆ ਬਸ ਚਾਰਜ ਹੋਣ ਡਿਆ ਬਸ ਹੋਣ ਹੀ ਵਾਲਾ ਬਿੱਲ ਵੀ ਇਹ ਤੁਹਾਨੂੰ ਟਾਰਚ ਰੱਖਦੀ ਭਾਜੀ ਇਹ 'ਚ ਬਲਬ ਲੱਗਾਂਗੇ ਨਹੀਂ ਜੈਨ ਸਾਹਿਬ ਦੇ ਘਰੋਂ ਬਲਬ ਲਾਇਆ ਮੈਂ ਲੈ ਬੈਟਰੀ ਤੁਹਾਨੂੰ ਦਿੱਤੀ ਆ ਉਹਨੇ ਆਪਣੇ ਸੁਖਬੀਰ ਬਾਦਲ ਨੇ ਤੇ ਬਿੱਲ ਬਲਬ ਤੁਹਾਨੂੰ ਦਿੱਤਾ ਵਾ ਆਪਣੇ ਜੈਨ ਸਾਹਿਬ ਨੇ ਭਾਈ ਮੈਂ ਸਾਰੀਆਂ ਚੀਜ਼ਾਂ ਇੰਪੋਰਟੈਂਟ ਰੱਖੀਆਂ ਮੰਨਦਾ ਸਮਝ ਆ ਲੈ ਸਾਰੀ ਪਹੁੰਚ ਲਾਤੀ ਭਾਈ ਪਹੁੰਚ ਨੂੰ ਕੀ ਗੱਲ ਮੈਂ ਮੋਦੀ ਨਾਲ ਬਹਿਨਾ ਆ ਹੈ ਇਹਦਾ ਮਤਲਬ ਹੈ ਤੇਰੀ ਇੰਨੇ ਇੰਨੇ ਵੱਡੇ ਨਾਲ ਅਫਸਰ ਇੰਨੇ ਵੱਡੇ ਵੱਡੇ ਅਫਸਰਾਂ ਨਾਲ ਤੇਰੀ ਜਾਣਕਾਰੀ ਨਹੀਂ ਇਹ ਜਿਹੜੇ ਵੱਡੇ ਅਫਸਰ ਕੀ ਤੈਨੂੰ ਮੈਂ ਨੌਕਰੀ ਦਿਲਵਾ ਦਾਂ ਹੁਣ ਸਰਕਾਰੀ ਚਾਹਨਾ ਕੀ ਆ ਬਾਈ ਤੂੰ ਚਾਹਨੇ ਨੂੰ ਕੀ ਗੱਲ ਮੈਂ ਤੇਰੇ ਕੋ ਜ਼ਮੀਨ ਮੰਗ ਲਈ ਆ
ਜ਼ਮੀਨ ਇਹ ਹੈ ਵੀ ਕਿੱਥੇ ਆ ਇਹ ਕੋ ਹੈਗੀ ਤੁਸੀਂ ਹੈ ਦੋਵੇਂ ਨੰਗ ਜੀ ਇਹ ਨੰਗ ਆ ਭਾਜੀ ਇਹ ਨੰਗ ਆ ਲੈ ਤੂੰ ਨੰਗ ਆ ਓਏ ਇਹਨੂੰ ਪੁੱਛ ਲੈ ਰੇ ਕੋ ਕੀ ਆ ਹੈ ਲੈ ਦੱਸ ਤੂੰ ਦੱਸ ਹੁਣ ਇਹਨੂੰ ਕੀ ਆ ਮੇਰੇ ਕੋ ਮਰਗੀ ਮੇਰਾ ਯਾਰ ਦੋਸਤ ਹੈਗਾ ਵਾ ਉਹ ਤੈਨੂੰ ਨੰਗ ਕਹੀ ਜਾਣ ਡਿਆ ਆ ਤੂੰ ਆਖੀਏ ਨਾ ਮੇਰਾ ਯਾਰ ਦੋਸਤ ਹੈਗਾ ਆ ਪਹਿਲਾਂ ਤੁਸੀਂ ਆਪਸ ਦੋਵੇਂ ਸਲਾਹ ਕਰ ਲਓ ਹੈ ਕੀ ਤੁਸੀਂ ਭਾਜੀ ਮੈਂ ਤੁਹਾਨੂੰ ਦੱਸਦਾ ਵਾਂ ਹੈਗਾ ਸਾਡੇ ਕੋਲ ਕੁਛ ਨਹੀਂ ਬਟ ਆਪਾਂ ਇੱਕ ਦੂਜੇ ਦੇ ਯਾਰ ਦੋਸਤ ਆ ਫਿਰ ਮੈਂ ਤੁਹਾਡਾ ਇੱਥੇ ਤੁਹਾਡੇ ਸੱਦ ਕੇ ਜਾਵਾਂ ਕੌਨਫੀਡੈਂਸਾਂ ਤੋਂ ਸਾਡੇ ਕੁਝ ਨਹੀਂਗਾ ਪਰ ਸਾਡੇ ਕੋਲ ਦਿਲ ਹੈਗਾ ਵਾ ਉਹ ਘਰ ਚ ਆਟਾ ਨਹੀਂ ਤੇ ਪਰ ਕਿਸੇ ਗੱਲ ਦਾ ਘਾਟਾ ਨਹੀਂ ਉਹ ਗੱਲ ਦਾ ਤੁਹਾਡੀ ਭਾਜੀ ਤੁਹਾਨੂੰ ਖਵਾਉਣੇ ਆ ਆਟਾ ਆਟਾ ਛੱਡੋ ਅਸੀਂ ਤੁਹਾਨੂੰ ਰੋਟੀ ਬਣਾ ਕੇ ਖਵਾਉਣੇ ਆ ਆਪ ਤੁਸੀਂ ਖਾਧੀ ਆ ਆਹ ਤਾਂ ਮੈਨੂੰ ਐ ਲੱਗਣਾ ਜਿੱਦਾਂ ਮਹੀਨੇ ਤੋਂ ਭੁੱਖਾ ਆ ਭਾਜੀ ਇਹ ਚਾਹ ਨਹੀਂ ਨਾ ਪੀਂਦਾ ਤਾਂ ਮੇਰੇ ਹਿਸਾਬ ਨਾਲ ਸਾਰੇ ਦਿਨ 'ਚ ਇੱਕ ਵਾਰੀ ਤੇ ਤੂੰ ਇੱਕ ਟਾਈਮ ਇਹਨੂੰ ਰੋਟੀ ਦਿੰਦਾ ਆ ਭਾਜੀ ਮੈਗੀ ਤੇ ਖਾਂਦਾ ਰਹਿੰਦਾ ਏ ਸਾਰਾ ਦਿਨ ਭਾਜੀ ਤੁਸੀਂ ਦੱਸੋ ਤੁਸੀਂ ਖਾਣਾ ਮੈਗੀਆਂ ਨਾ ਪਲਿਆ ਵੀਰ ਮੈਗੀਆਂ ਨਾ ਪਲਿਆ ਤੁਸੀਂ ਦੱਸੋ ਖਾਣਾ ਕੀ ਆ ਇਹ ਖਾਣ ਨੂੰ ਤੁਸੀਂ ਗੱਲ ਪੇ ਇਹਨੂੰ ਭੁੱਲ ਜਾਓ ਤੁਸੀਂ ਇਹਦਾ ਕੋਈ ਨਹੀਂ ਲੈਣਾ ਦੇਣਾ ਤਾਂ ਭਾਜੀ ਇਹਨੂੰ ਨਾ ਤੁਸੀਂ ਟੈਨਸ਼ਨ ਲਓ ਇਹ ਆਟੋਮੈਟਿਕ ਆ ਜਾਣਾ ਸਾਡੇ ਘਰੇ ਬਿੱਲ ਵੀਰੇ ਤੂੰ ਅਫਸਰਾਂ ਨੂੰ ਤੁਸੀਂ ਅਫਸਰਾਂ ਨੂੰ ਈਜ਼ੀ ਲੈ ਰਹੇ ਜੇ ਪਰ ਮੈਨੂੰ ਇਹ ਦੱਸੋ ਤੁਸੀਂ ਇੰਨੇ ਚਿਰ ਦੇ ਇੱਧਰ ਘੰਟਾ ਇੱਕ ਹੋ ਗਿਆ ਤੁਸੀਂ ਇੱਧਰ ਬਿੱਲ ਵੇਖਦੇ ਜੇ ਤੇ ਬਿੱਲ ਕੱਟ ਕੇ ਤੁਸੀਂ ਇੱਧਰ ਹੱਥ 'ਚ ਫੜਾ ਕੇ ਚਲ ਜਾਂਦੇ ਤੁਸੀਂ ਮੈਂ ਤੁਹਾਨੂੰ ਬੈਸਣ ਦੇ ਜੀ ਮੈਂ ਤੁਹਾਡੇ ਮੀਟਰ ਵਾਲੀ ਵੇਖਣ ਡਿਆ ਆ ਤੁਹਾਡਾ ਮੀਟਰ ਬੜਾ ਲਾਲ ਬੱਤੀ ਐ ਐ ਐ ਆਵੇ ਐਦਾਂ ਐ ਐ ਕਰਨ ਡਿਆ ਤੁਹਾਡਾ ਮੀਟਰ ਤੇ ਜੇ ਐਡੀ ਗੱਲ ਤੇ ਦੀ ਫੋਟੋ ਖਿੱਚ ਕੇ ਲਾ ਲਾ ਆਪਣੇ ਵਾਲਪੇਪਰ ਲਾ ਲਾ ਵਾਲਪੇਪਰ ਨੂੰ ਕੀ ਦੱਸ ਇਹ ਹੈਗੇ ਅਗਲੇ ਬੰਦੇ ਵੀ ਚਮਤਕਾਰੀ ਮੀਟਰ ਜਿਹੜੀ ਮੈਂ ਗੱਲ ਬੜੀ ਵਧੀਆ ਕੀਤੀ ਆਹੋ ਗੱਲ ਨੇ ਮਾੜੀ ਵੀ ਕਦੋਂ ਕੀਤੀ ਕੱਡੇ ਕੱਡੇ ਦੇ ਦੰਦ ਮੈਂ ਤੇ ਦੰਦ ਵੇਖ ਕੇ ਤੇ ਡਰ ਗਿਆ ਹੈ ਕੱਡਾ ਇਹਦਾ ਮੂੰਹ ਓਏ ਗੇਟਵੇ ਟਰਮੀਨਲ ਤੇ ਜਾ ਕੇ ਖਤਮ ਹੋਣ ਡਿਆ ਇਹਦਾ ਮੂੰਹ ਭਾਜੀ ਉਤਰ ਤੁਸੀਂ ਇੰਡੀਆ ਦੇ ਤੁਹਾਨੂੰ ਇੱਥੇ ਸਾਰਾ ਪਤਾ ਵੀ ਗੇਟਵੇ ਟਰਮੀਨਲ ਕਿੱਥੇ ਹੈਗਾ ਹੈ ਭਾਜੀ ਗੇ ਬਸ ਤੇ ਆਇਆ ਨਾ ਮੈਂ ਜਹਾਜ਼ ਤੇ ਨਹੀਂ ਆਇਆ ਭਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ ਇੱਥੇ ਆਏ ਨੂੰ ਕੀ ਗੱਲ ਤੂੰ ਮੈਨੂੰ ਆਫੀਸਰ ਆ ਜਿਹੜਾ ਵੀਜ਼ਾ ਦੇਣਾ ਆ ਅੱਗੋਂ ਵਧਾਉਣਾ ਮੇਰਾ ਵੀਜ਼ਾ ਤੂੰ ਕਿ ਤੂੰ ਮੈਨੂੰ ਪੀਆਰ ਦੇਣੀ ਆ ਜਾਂ ਤੂੰ ਮੇਰਾ ਵਰਕ ਪਰਮਿਟ ਐਕਸਟੈਂਡ ਕਰਨਾ ਆ ਵੈਸੇ ਭਾਜੀ ਕਰ ਦੇਗੀ ਤੁਸੀਂ ਇੱਥੇ ਮੈਂ ਅਫਸਰ ਆ ਮੈਂ ਬਿੱਲ ਕੱਟਦਾ ਆ ਆਪਣਾ ਉਹ ਦੋ ਆਇਡੈਂਟੀ ਕਾਰਡ ਸਾਨੂੰ ਆਇਡੈਂਟੀ ਕਾਰਡ ਨੂੰ ਤੂੰ ਜਈ ਲੱਗਾ ਆ ਜੇ ਆਇਡੈਂਟੀ ਕਾਰਡ ਟਰੂਡੋ ਦਾ ਤੂੰ ਟਰੂਡੋ ਦਾ ਭਰਾ ਆ ਮੈਨੂੰ ਭਾਜੀ ਜੇ ਮੈਂ ਜਈ ਨਹੀਂ ਲੱਗਾ ਤੁਸੀਂ ਜਈ ਲੱਗੇ ਹੋਣੇ ਆ ਦਿਖਾ ਦੋ ਪ੍ਰਕਾਰ ਵੀਰੇ ਮੇਰੇ ਕੋਲ ਸਰਕਾਰੀ ਮੀਟਰ ਆ ਸਰਕਾਰੀ ਲੈਟ ਆ ਸਰਕਾਰੀ ਕਲਮ ਆ ਸਰਕਾਰੀ ਬੈਗ ਆ ਤੇ ਮੈਂ ਅਜੇ ਵੀ ਨਾ ਤੁਹਾਨੂੰ ਅਫਸਰ ਲੱਗਦਾ ਸਰਕਾਰੀ ਅਫਸਰਾਂ ਨਾਲ ਬਹਿਸ ਨਹੀਂ ਕਰੀਦੀ ਸਮਝਾ ਇਹਨੂੰ ਯਾਰ ਸਮਝਾ ਪਰ ਮੈਨੂੰ ਲੱਗਣ ਨਹੀਂ ਦਿਆ ਕਿਹੜੇ ਪਾਸੇ ਸਰਕਾਰੀ ਬੰਦਾ ਲੱਗਣ ਨੂੰ ਕੀ ਗੱਲ ਮੈਂ ਆਪਣਾ ਆਈਡੀ ਕਾਰਡ ਸਿਰ ਤੇ ਬੰਨ ਲਾਂ ਗੱਲ 'ਚ ਤੇ ਪਾਹਦਾ ਨਾ ਲੈ ਦੱਸਿਆ ਕਿਹੋ ਜਿਹਾ ਬੰਦਾ ਆ ਗੱਲ 'ਚ ਪਾਇਆ ਜੇ ਤੈਨੂੰ ਅਫਸਰ ਖਲੋਤੇ ਨਹੀਂ ਦੀਦੇ ਤੇ ਗੱਲ 'ਚ ਪਾਇਆ ਤੈਨੂੰ ਮੈਂ ਕੀ ਗੱਲ ਮੈਂ ਮੰਗਲ ਸੂਤਰ ਗੱਲ 'ਚ ਪਾਲਾਂ ਭਾਜੀ ਸੂਟ ਬੂਟ ਪਾ ਕੇ ਆਉਣਾ ਸੀ ਪੈਂਟ ਕੋਟ ਪਾ ਕੇ ਆਉਣਾ ਤੁਸੀਂ ਆ ਕੀ ਪਾ ਗਿਆ ਜੀ ਥ੍ਰੀ ਪੀਸ ਪੈਂਟ ਕੋਟ ਮੈਨੂੰ ਸਗਨ ਲੱਗਣਾ ਆ ਭਾਜੀ ਆ ਤਾਂ ਤੁਸੀਂ ਆ ਪਾ ਗਿਆ ਜਿਸ ਤਰ੍ਹਾਂ ਮਤਲਬ ਨੱਚਣ ਆਏ ਹੁੰਦੇ ਤੁਸੀਂ ਨੱਚਣ ਆਇਆ ਇਹ ਪਾ ਕੇ ਨੱਚੀਦਾ ਆ ਫਿਰ ਇਹ ਪਾ ਕੇ ਕੀ ਕਰਦਾ ਹੋਊਗਾ ਠੁਮਕੇ ਲਾਉਂਦਾ ਆ ਇਹ ਤਾਂ ਲਾਉਂਦਾ ਉਹ ਖਲਾਉਂਦੇ ਆ ਲੈ ਬਸ ਤੇਰਾ ਯਾਰ ਤੇਰੀ ਨਹੀਂ ਗੱਲ ਕਰਦਾ ਭਾਜੀ ਹਾਡੀ ਛੱਡੋ ਤੁਸੀਂ ਦੱਸੋ ਹੁਣ ਕਰੀਏ ਕੀ ਕਰੀਏ ਕੀ ਵੀਰੇ ਵੇਖੋ ਤੁਸੀਂ ਲਾਉਂਦੇ ਜੇ ਖੁੰਡੀ ਬਿੱਲ ਬੰਦਾ ਜੇ ਤੁਹਾਡਾ ਜ਼ਿਆਦਾ ਤੇ ਮੈਂ ਤੁਹਾਡੇ ਦੋਵਾਂ ਤੇ ਕਰ ਦੇਣੇ ਰੜਿੰਗ ਰੜਿੰਗ ਦਾ ਮਤਲਬ ਕਿੱਦਾਂ ਤੁਸੀਂ ਕਿੱਦਾਂ ਕਹਿ ਸਕਦੇ ਸੀ ਕੁੰਡੀ ਲੱਗੀ ਆ ਵੀਰੇ ਮੈਂ ਜਦੋਂ ਵਿਜ਼ਿਟ ਕੀਤਾ ਤੁਹਾਡੇ ਨਾਲ ਮੈਂ ਸਾਰੇ ਮੀਟਰ ਪਿੱਛੇ ਚੈੱਕ ਕਰਕੇ ਆਇਆ ਮੈਂ ਜਦੋਂ ਤੁਹਾਡੇ ਆਣ ਕੇ ਵੇਖਿਆ ਬਹੁਤ ਜ਼ਿਆਦਾ ਬਿੱਲ ਬਹੁਤ ਜ਼ਿਆਦਾ ਮੀਟਰ ਭੱਜਣ ਦਾ ਦੱਸੋ ਇਹਦਾ ਕਾਰਨ ਕੀ ਕੀ ਆਇਆ ਜੇ ਅੰਦਰ ਸੁਣੋ ਬਿੱਲ ਇੱਥੇ ਕੋਈ ਜ਼ਿਆਦਾ ਨਹੀਂ ਆਇਆ ਇਹ ਤੁਸੀਂ ਮਤਲਬ ਵੀ 2 ਮਹੀਨੇ ਪੁਰਾਣਾ ਸਾਡਾ ਬਿੱਲ ਕਹੀ ਜਾਂਦੇ ਤਾਂ ਕਰਕੇ 2 ਮਹੀਨੇ ਨੂੰ ਪੁਰਾਣਾ ਕੀ ਦੱਸ ਮੈਂ ਸਾਲ ਬਾਅਦ ਇੱਥੇ ਆ ਵੀ 2 ਮਹੀਨੇ ਪੁਰਾਣਾ ਦੱਸਣਾ ਤੁਹਾਨੂੰ ਮੈਂ ਬਿੱਲ ਇਹ ਕਹਿੰਦਾ ਮਤਲਬ ਭਾਜੀ ਨੂੰ ਵੇਖਣਾ ਨਹੀਂ ਆਉਂਦਾ ਬਿੱਲ ਕਦੋਂ ਆਉਣਾ ਹਾਂ ਇਹਦੇ ਵਾਲੀ ਐਨਕਾਂ ਮੈਂ ਲਾ ਲਾਂ ਹੁਣ ਲਾ ਕੇ ਵੇਖ ਲਓ ਭਾਜੀ ਹੋ ਸਕਦਾ ਘੱਟ ਹੀ ਆ ਜੇ ਕਿ ਫਿਰ ਮੈਨੂੰ ਉਹ ਵੀ ਦਿਖਣਾ ਬੰਦ ਹੋਣਾ ਇਹਦਾ ਮਾੜਾ ਮੋਟਾ ਮਾੜਾ ਮੋਟਾ ਦੀਦਾ ਇੱਕ ਵਾਰ ਟਰਾਈ ਤੇ ਕਰੋ ਟਰਾਈ ਨੂੰ ਕੀ ਇਹ ਅਮਤਾਬ ਇਹਦੀ ਐਨਕਾਂ ਲਾਈ ਫਿਰਦਾ ਜਿਹੜੀਆਂ ਮੈਂ ਟਰਾਈ ਕਰਕੇ ਲਾਵਾਂ ਭਾਜੀ ਇੱਕ 2-3 ਹੋਰ ਹੈਗੀਆਂ ਉਹ ਲਾ ਕੇ ਵੇਖ ਲਓ 2-3 ਨੂੰ ਕੀ ਇਹ ਕੀ ਗੱਲ ਐਨਕਾਂ ਵੇਚਦਾ ਆ ਨੰਬਰ ਮੰਗਣ ਡਿਆ ਮੇਰਾ ਹੋ ਅੰਤਰਾ ਮੰਗਦਾ ਕਹਿੰਦਾ ਨੰਬਰ ਵਾਲੀ ਐਨਕ ਮੇਰੀ ਅੱਛਾ ਨੰਬਰ ਵਾਲੀ ਐਨਕ ਆ ਹਾਂ ਇਹ ਹੈ ਹੀ ਬੰਦਾ ਮੈਨੂੰ 2 ਨੰਬਰੀ ਲੱਗਦਾ ਭਾਜੀ ਮੈਨੂੰ ਦੱਸੋ ਤੁਸੀਂ ਇੰਡੀਆ ਕੀ ਕਰਦੇ ਹੁੰਦੇ ਸੀ ਇੰਡੀਆ ਵੀ ਆਪਣਾ ਵੀਰੇ ਹੈਗਾ ਹੀ ਆਪਾਂ ਇੰਡੀਆ ਵੀ ਮੈਂ ਜਈ ਹਾਂ ਤੇ ਉਥੋਂ ਕਿਤਰ ਮੰਨ ਲਓ ਰਿਟਾਇਰ ਟੂਰ ਹੋ ਗਿਆ ਕਿ ਜਾਂ ਉਹਨਾਂ ਪ੍ਰੋਮੋਸ਼ਨ ਕਰਕੇ ਤੁਹਾਨੂੰ ਇੱਥੇ ਕੈਨੇਡਾ ਭੇਜਤਾ ਵੀ ਤੁਸੀਂ ਇੱਥੇ ਜਾ ਕੇ ਬਿੱਲ ਕੱਟੋ ਜਿਹੜਾ ਇੱਥੇ ਸ਼ਦਾ ਘੋਲਣਾ ਉਹ ਉੱਥੇ ਘੋਲਦਾ ਉਹਨਾਂ ਨੇ ਕੱਢਤਾ ਫਿਰ
ਇੱਥੇ ਵੀ ਮੈਨੂੰ ਛਿਣਕ ਜੀ ਪੈਂਦੀ ਹੁੰਦੀ ਕਈ ਕਈ ਯਾਰ, ਫਿਰ ਮੈਂ ਇੱਦਾਂ ਹੀ ਬਾਹਰ ਜਾਈ ਬਣ ਕੇ ਨਿਕਲ ਆਉਂਦਾ। ਮੈਨੂੰ ਲੱਗਦਾ ਭਾਈ ਤੁਹਾਨੂੰ ਛਿਣਕੀ ਪਈ, ਤਾਂ ਹੀ ਤੁਸੀਂ ਇੱਥੇ ਮੀਟਰ ਚੈੱਕ ਕਰਨਾ ਆਏ, ਅਦਰਵਾਈਜ਼ ਤੁਸੀਂ ਮੈਨੂੰ ਲੱਗਦਾ ਤੁਰਦੇ ਫਿਰਦੇ ਨਜ਼ਰ ਆਓ ਇੱਧਰ, ਇੱਥੇ ਮੇਰੀ ਗੱਲ ਸੁਣ ਲਾਗੇ ਪਾਰਕ ਹੈਗੀ, ਜਾਂ ਉੱਥੇ ਖੇਡੋ ਜਾ ਕੇ। ਠੀਕ ਹੈ ਭਾਈ, ਮਾੜਾ ਰਾਹ ਵਿਖਾ ਦੋਗੇ? ਰਾਹ ਕੀ ਵਿਖਾਉਣਾ, ਬਾਕੀ ਕੋਈ ਗਲਤੀ ਗੁਲਤੀ ਹੋ ਗਈ ਤਾਂ ਮਾਫ਼ ਕਰਿਓ। ਹਾਂ ਆਹੋ ਆਹੋ, ਵਿਖਾ ਦਿਓ ਰਾਹ ਕਿੱਧਰ ਨੂੰ ਜਾਣਾ। ਰਾਹ ਇੱਧਰ ਹੀ ਹੈਗਾ ਵਾ, ਤੁਸੀਂ ਚਾਹ ਚੂਹ ਪੀਓ, ਉੱਧਰ ਜਾ ਕੇ ਤੁਹਾਨੂੰ ਮੈਂ ਪਕੌੜੇ ਪਕੌੜੇ ਦੇ ਦਿੰਦਾ ਅਸੀਂ।